प्लीज मैम, अब बाहर रुकिए। ਜਾਲੀ ਟਰੈਵਲ ਏਜੰਟਾਂ ਦੇ ਖਿਲਾਫ ਸ਼ਿਕੰਜਾ ਕਸਣ ਲਈ ਭਾਵੇਂ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ, ਪਰ ਹਾਲਾਂਕਿ ਮੋਹਾਲੀ ਦੇ ਜਾਲੀ ਟਰੈਵਲ ਏਜੰਟਾਂ ਵੱਲੋਂ ਆਪਣਾ ਧੰਦਾ ਲਗਾਤਾਰ ਜਾਰੀ। ਮੁੱਖ ਮੰਤਰੀ ਪੰਜਾਬ ਨੇ ਫਰਜ਼ੀ ਟਰੈਵਲ ਏਜੰਟਾਂ ਤੇ ਸਖਤੀ ਦੇ ਹੁਕਮ ਜਾਰੀ ਕੀਤੇ। ਲੋਕ ਬੈਠੇ ਸੀਗੇ, ਲੋਕਾਂ ਦੇ ਜਿਹੜੇ ਪੈਸੇ ਸੀਗੇ ਫਸੇ ਹੋਏ ਸੀਗੇ, ਉਹਨਾਂ ਕੋਲ ਵੀ ਉਹ ਪੈਸੇ ਲੈਣ ਦੇ ਲਈ ਬੈਠੇ ਸੀਗੇ। ਦੇ ਲੋ ਹਾਲ ਵੀਰ, ਆਹ ਵੀਡੀਓ ਉਹਨਾਂ ਲਈ ਆ ਜਿਹੜੇ 2 ਨੰਬਰ 'ਚ ਅਮਰੀਕਾ ਕੈਨੇਡਾ ਆਉਂਦੇ ਜੇ। ਵੀਰ ਆਹ ਵੇਖ ਲਓ ਕੀ ਹਾਲ ਆ, ਆਸੇ ਪਾਸੇ ਜੰਗਲ, ਅੱਜ ਸਾਨੂੰ 47 ਦਿਨ ਹੋ ਗਏ ਜੇ ਘਰੋਂ ਨਿਕਲਿਆ ਨੂੰ। ਆਹ ਵੀ ਇਹਦਾ ਵੇਖ ਲਓ ਜੀ, ਰਾਹ ਦੇ ਬੂਟ ਵੀ ਟੁੱਟ ਗਏ, ਆਹ ਬੂਟ ਟੁੱਟ ਗਏ, ਛਾਲੇ ਪੈ ਗਏ ਜੀ, ਕੀ ਬਣਿਆ ਜੀ, ਆਹ ਉਂਗਲਾਂ ਸੋਜ ਗਿਆ। ਇੱਕ ਡੌਂਕੀ ਸ਼ਬਦ ਹੈ ਜੋ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਫੌਰਨ ਜਾਂਦੇ ਨੇ। ਡੌਂਕੀ ਦਾ ਮਤਲਬ ਹੁੰਦਾ ਗਧਿਆਂ ਵਾਂਗ, ਮਤਲਬ ਰੇਂਗ ਰੇਂਗ ਕੇ ਜਾਣਾ। ਲੈ ਆ ਬੈਠਾ, ਉਹ ਆਪਾਂ ਕਦੋਂ ਦੇ ਅੰਦਰ ਲੱਭੀ ਜਾਂਦੇ। ਕੀ ਹੋਇਆ ਓਏ, ਤੈਨੂੰ ਪੁੱਛਦਾ ਅੰਦਰ ਉੱਠ ਕੇ ਕਾਹਤੋਂ ਆ ਗਿਆ ਯਾਰ? ਮੇਰਾ ਜੀ ਨਹੀਂ ਲੱਗਦਾ ਸੀ। ਜੀ ਤਾਂ ਸਾਡਾ ਵੀ ਨਹੀਂ ਲੱਗਦਾ ਸੀਗਾ। ਉਹ ਅਸੀਂ ਕਿਹੜਾ ਅੰਦਰ ਬਹਿ ਕੇ ਭੰਗੜੇ ਪਾਉਂਦੇ ਪਏ, ਉਹ ਸਾਨੂੰ ਵੀ ਬੁਲਾ ਲੈਂਦਾ ਬਾਹਰ, ਅਸੀਂ ਵੀ ਬਹਿ ਕੇ 4 ਗੱਲਾਂ ਮਾਰ ਲੈਂਦੇ। ਯਾਰ ਮੇਰਾ ਹੁਣ ਇੱਥੋਂ ਛੱਡ ਕੇ ਜਾਣ ਨੂੰ ਮਨ ਨਹੀਂ ਕਰਦਾ। ਗੱਲ ਤਾਂ ਸਹੀ ਹੈ ਤੇਰੀ, ਸਾਲਾ ਮਨ ਨਹੀਂ ਕਰਦਾ ਇੱਥੋਂ ਜਾਣ ਦਾ ਬਾਈ। ਸਹੀ ਗੱਲ ਹੈ, ਉਹ 3 ਸਾਲ ਹੋ ਗਏ ਸਾਨੂੰ ਇੱਥੇ ਇਕੱਠੇ ਪੜ੍ਹਦੇ ਨੂੰ, ਉਹ ਤਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ, ਹੁਣ ਸਾਲਾ ਇੱਥੋਂ ਨਿਕਲਣ ਦਾ ਮਨ ਨਹੀਂ ਕਰਦਾ। ਮੈਨੂੰ ਤਾਂ ਸਾਲਾ ਇਹ ਨਹੀਂ ਪਤਾ ਲੱਗਦਾ ਮੈਂ ਬਾਹਰ ਜਾ ਕੇ ਕਰਨਾ ਕੀ ਹੈ, ਉਹ ਤੈਨੂੰ ਪਤਾ ਕੁਛ? ਮੈਂ ਤਾਂ ਕੁਛ ਸੋਚਿਆ ਨਹੀਂ। ਆਪਾਂ ਹੈ ਬਾਈ, ਤੂੰ ਕੀ ਕਰਨਾ ਬਾਹਰ ਜਾ ਕੇ? ਮੈਂ ਬਾਹਰ ਜਾਣਾ ਜਿੱਥੇ ਧੱਕੇ ਖਾਣੇ ਆ, ਖਾ, ਇੱਕ ਪੈਸਾ ਨਹੀਂ ਮਿਲਣਾ, ਆਪਣਾ ਕਮਾਓ ਤੇ ਆਪਣਾ ਖਾਓ। ਵੱਡੇ ਨੂੰ ਵੀ ਤਾਂ ਦਿੱਤੇ ਸੀਗੇ, ਜੇ ਮੈਨੂੰ ਦੇ ਦਿਓਗੇ ਫਿਰ ਕਿਹੜਾ ਨੰਗ ਹੋ ਚੱਲੇ ਆ। ਨੰਗ ਕਰਤਾ ਗਿਆ ਉਹ, 10 ਲੱਖ ਰੁਪਈਏ ਥੱਲੇ ਕਰਜਾਈ ਕਰ ਗਿਆ, ਤੇ ਅੱਜ ਤੱਕ ਨਾ ਉਹਦਾ ਪਤਾ ਲੱਗਿਆ ਨਾ ਉਸ ਏਜੰਟ ਦਾ। ਬਸ ਵੀਡੀਓ ਦੇਖਦੇ ਰਹੋ ਤੇ ਮਨ ਨੂੰ ਤਸੱਲੀਆਂ ਦਿੰਦੇ ਰਹੋ। ਬਸ ਹੋ ਗਿਆ ਇਹਨਾਂ ਦਾ ਕੰਜਰ ਕਲੇਸ਼ ਸ਼ੁਰੂ। ਕਮਲ ਪੁੱਤ, ਤੂੰ ਇੱਥੇ ਕੋਈ ਕੰਮ ਕਰ ਲੈ। ਉਹ ਮਾਤਾ, ਇੱਥੇ ਕੰਮ ਕਰਨ ਵਾਲੇ ਕੋਠੀਆਂ ਨਹੀਂ ਬਣਦੀਆਂ, ਸਾਰੀ ਉਮਰ ਲੰਘ ਜਾਂਦੀ ਆ ਕੰਮ ਕਰਦੇ ਕਰਦਿਆਂ। ਉਹ ਬਾਬੇ ਕਾ ਬੱਬੂ ਦੇਖਿਆ, ਨੋਟਾਂ ਦੇ ਢੇਰ ਲਾਤੇ ਉਹਨੇ, ਨਾਲੇ ਕਿੱਡੀ ਵੱਡੀ ਕੋਠੀ ਪਾਈ ਆ। ਬਾਹਰ ਜਾਊਂਗਾ ਮੈਂ ਤਾਂ, ਨਾਲੇ ਰੱਜ ਕੇ ਕੰਮ ਕਰੂੰਗਾ। ਜੋ ਕਰਨਾ ਇੱਥੇ ਹੀ ਕਰ। ਇੱਥੇ ਕੁਛ ਨਹੀਂ ਕਰਨਾ ਮੈਂ, ਜੋ ਕਰੂੰਗਾ ਬਾਹਰ ਕਰੂੰਗਾ। ਨਾ ਹੁਣੇ ਨਾ ਟਿਕਟ ਕਰਾ ਦਿਆਂ ਤੇਰੀ, ਪਹਿਲਾਂ ਵੱਡਾ ਜੰਟਾ ਦੇ ਧੱਕੇ ਚੜ ਗਿਆ ਸੀ, ਉਹ ਨਹੀਂ ਸੀ ਸੁਣਦਾ ਮੇਰੀ, ਕਹਿੰਦਾ ਸੀ ਇੱਥੋਂ ਨਿਕਲਣ ਦੀ ਦੇਰ ਹੈ, ਜੰਗਲਾਂ 'ਚ ਧੱਕੇ ਖਾਂਦਾ ਫਿਰਦਾ ਸੀ। ਲੋਕ ਮਿਹਣੇ ਮਾਰਦੇ ਆ ਮੈਨੂੰ, ਛੇੜਦੇ ਆ ਮੈਨੂੰ, ਕਿ ਤੁਹਾਡੇ ਵਾਲੇ ਵੱਡੇ ਨੇ ਕੁਛ ਭੇਜਿਆ ਨਹੀਂ। ਉਹ ਲੋਕਾਂ ਦਾ ਕੀ ਮੂੰਹ ਫੜ ਲਏਗਾ, ਉਹ ਤਾਂ ਕਹਿਣਗੇ ਜਾਂ ਖੂਹ 'ਚ ਛਾਲ ਮਾਰ ਜਾ, ਮਾਰ ਦੇਗਾ, ਮਾਰ ਦੂੰਗਾ। ਜਾਂ ਲੈ ਲੈ ਫਿਰ ਲੋਕਾਂ ਤੋਂ ਢਾਵ।
ਉਹ ਕਿਵੇਂ ਤੋਰੀ ਵਾਂਗੂ ਮੂੰਹ ਲਮਕਾਇਆ? ਲੱਗਦਾ ਅੱਜ ਡੰਕੀ ਨਹੀਂ ਲੱਗੀ ਹੈ ਜੀ। ਜਾਓ ਯਾਰ, ਮੈਂ ਤੁਹਾਡੇ ਨਾਲ ਨਹੀਂ ਗੱਲ ਕਰਨੀ। ਕੀ ਹੋ ਗਿਆ? ਇਹ ਸਾਲਾ ਗੱਡੀ ਗੁੱਡੀ ਥੱਲੇ ਨਾ ਓਕੇ ਨੂੰ। ਓ ਗੱਲ ਸੁਣ, ਓਏ ਓਏ ਆ ਜਾ ਆ ਜਾ, ਓਏ ਆ ਜਾ ਕਰਦਿਆਂ ਤੇਰਾ ਹਿਲਾ, ਆ ਜਾ ਆ ਜਾ, ਉਹ ਬਹਿਰਾ ਜਾ ਰਾਜਾ ਕਰਦਿਆਂ ਹਿਲਾ। ਆ ਚੱਕ ਭਰਾਵਾ, ਅਸੀਂ ਤਾਂ ਇਹਨੂੰ ਡੌਂਕੀ ਕਹਿੰਦੇ ਹਾਂ। ਇੱਕ ਵਾਰੀ ਲਾਓ, ਜਿੱਥੇ ਮਰਜ਼ੀ ਜਾਓ। ਨਹੀਂ ਯਾਰ, ਆ ਡੌਂਕੀ ਨਹੀਂ ਲਾਉਣੀ। ਚੰਗੀ ਗੱਲ ਆ, ਤੈਨੂੰ ਜਵਾਬ ਦੇਤਾ। ਇਸ ਉਮਰੇ ਲਾਇਆ ਨਸ਼ਾ ਨਾ ਹੱਡਾਂ 'ਚ ਬਹਿ ਜਾਂਦਾ। ਯਾਰ ਤੁਹਾਡੇ ਨਾਲ ਗੱਲ ਕਰਕੇ ਨਾ ਮਨ ਜਿਹਾ ਹਲਕਾ ਹੋ ਜਾਂਦਾ, ਹੋਰ ਕੁਛ ਨਹੀਂ। ਜ਼ਰੂਰੀ ਆ ਯਾਰ ਤੇ ਅਮਰੀਕੇ ਜਾਣਾ, ਕਿਤੇ ਹੋਰ ਚਲਾ ਜਾ। ਨਾ ਯਾਰ, ਹੋਰ ਬਥੇਰੇ ਮੁਲਕ ਆ, ਇੱਕ ਵਾਰ ਪੈਸਾ ਹੱਥ 'ਚ ਆ ਜਾਏ ਫਿਰ ਸਾਰੀ ਦੁਨੀਆ ਆਪਣੀ ਆਪਣੀ ਲੱਗਦੀ ਹੈ। ਨਾ ਯਾਰ, ਹੋਰ ਕਿਸੇ ਦੇਸ਼ ਨਹੀਂ, ਅਮਰੀਕਾ ਹੀ ਜਾਣਾ। ਉਹ ਸੱਚ ਬਈ, ਇੱਕ ਏਜੰਟ ਬਾਰੇ ਗੱਲ ਕਰਦੇ ਸੀ। ਏਜੰਟ ਤਾਂ ਹੈਗਾ ਪਰ ਕੀ ਪੈਸੇ ਬਹੁਤ ਮੋਟੇ ਲਾ ਦੇ। ਇੱਕ ਵਾਰੀ ਗੱਲ ਕਰਕੇ ਦੇਖ ਲੈਂਦੇ ਹਾਂ। ਬੁੜਾ ਨਾ ਇੱਕ ਗੱਲ ਸੁਣਾਉਂਦਾ ਹੁੰਦਾ ਸੀ, ਅਖੇ ਇੱਕ ਨਾ ਰੋਜ਼ ਬੁੜੀ ਜਲਾਹੇ ਕੋਲ ਜਾਂਦੇ। ਜਲਾਹਾ? ਜਿਹੜਾ ਖੇਸ ਦਰੀਆਂ ਬੁਣਦਾ। ਅੱਛਾ। ਉਹਦੇ ਕੋਲ ਰੋਜ਼ ਆਉਂਦੀ, ਕਹਿੰਦੀ ਅਖੇ ਵੇ ਭਾਈ ਮੈਂ ਤੇਰੇ ਤੋਂ ਖੇਸ ਬਣਵਾਉਣਾ, ਕਿੰਨੇ ਪੈਸੇ ਲਏਗਾ? ਕਹਿੰਦਾ ਮੈਂ 1 ਰੁਪਿਆ ਲਾਉਂ। ਬੁੜੀ ਕਹਿੰਦੀ ਨਾ ਭਾਈ ਮੈਂ ਤਾਂ 50 ਪੈਸੇ ਦਿਉ। ਉਹ ਕਹਿੰਦਾ ਮੈਂ 1 ਲਾਉਂਗਾ। ਉਹ ਕਹਿੰਦੀ ਮੈਂ 50 ਪੈਸੇ ਦਿਉ। ਉਹ ਕਹਿੰਦਾ ਮੈਂ 1 ਲਾਉਂਗਾ। ਉਹ ਕਹਿੰਦੀ ਮੈਂ 50 ਪੈਸੇ ਦਿਉਂਗੀ। ਅੜ ਗਿਆ ਕੰਮ। ਸਿਆਣੀ ਬੁੜੀ ਬੈਠੀ ਸੀ ਕੋਲੇ ਕੋਈ। ਅੱਛਾ। ਕਹਿੰਦੀ ਨਾ ਸਹੇਲੀ ਤੇਰੀ ਨਾ ਇਹਦੀ, ਗੱਲ 80ਆਂ 'ਚ ਨਿਬੜ। ਕਹਿੰਦੀ ਜਾ ਸਹੇਲੀ ਆਪਦਾ ਸੂਤ ਚੱਕ ਲਿਆ। ਬੁੜੀ ਕਹਿੰਦੀ ਸੂਤ ਅਜੇ ਕੱਤਣਾ। ਲੱਖਰ ਲੋ ਗਏ ਰੂਪਾਂ ਦਾ। ਜਲਾਹਾ ਪਤਾ ਕੀ ਕਹਿੰਦਾ? ਕਹਿੰਦਾ ਸੂਤ ਨਾ ਪਤਾਣ, ਜਲਾਹੇ ਨਾਲ ਠੈਂਗੋ ਠੈਂਗੀ। ਦੇਖੀ ਕਿਤੇ ਜਲਾਹੇ ਵਾਲੀ ਨਾ ਕਰਵਾ ਦੀ। ਨਹੀਂ ਯਾਰਾ, ਜਲਾਹੇ ਵਾਲੀ ਨਹੀਂ ਹੋਣ ਦਿੰਦੇ। ਠੀਕ ਆ ਫਿਰ, ਕੱਲ ਨੂੰ ਚੱਲਦੇ ਆ। ਆਈ ਜਾਣਾ ਹੋਵੇ ਕਿਉਂ? ਆ ਭਾਈ ਮਾੜੀ ਆ, ਬਹਿ ਜਾ। ਬੰਦੇ ਹੈਗੇ ਆ 15 ਤੋਂ 20 ਲੱਖ ਰੁਪਇਆ ਲੱਗ। ਥੋੜੇ ਘੱਟ ਨਹੀਂ ਹੋ ਸਕਦੇ? ਉਹ ਮੈਂ ਕੱਪੜਾ ਥੋੜਾ ਵੇਚਦਾ ਜਿਹੜਾ ਘੱਟ ਹੋ ਜੂ। ਇਹ ਜੀ ਬੰਦਾ ਘਰੋਂ ਠੀਕ ਠਾਕ ਹੈ ਜੀ, ਤੁਸੀਂ ਦੱਸ ਦਿਓ। ਇੱਕ ਨੇਕ ਸਲਾਹ ਦਵਾਂ। ਹਾਂਜੀ। ਛੋਲੇ ਖਰੀਦਣ ਦੀ ਕਾਤ ਨਾ ਹੋਵੇ ਤਾਂ ਬਦਾਮਾਂ ਦਾ ਭਾਅ ਨਹੀਂ ਪੁੱਛੀਦਾ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਕਮਲ ਤਾਂ ਨਹੀਂ ਆਇਆ ਜੀ ਤੁਹਾਡੇ ਇੱਥੇ? ਨਹੀਂ ਆਇਆ? ਨਹੀਂ ਜੀ, ਬਸ ਉੱਦਾਂ ਹੀ ਪੁੱਛਿਆ ਸੀ। ਕੀ ਕਰਦਾ ਓਏ, ਹੈ ਚੋਰੀ ਕਰਦਾ ਹੈ? ਮੈਂ ਕਰਾਨਾ ਤੈਨੂੰ ਚੋਰੀ। ਚੋਰੀ ਕਰਦਾ, ਚੋਰੀ ਕਰਦਾ ਨਾ, ਹੁਣ ਚੋਰੀ ਕਰਨ ਲੱਗ ਪਿਆ ਤੂੰ। ਹੈ ਹੈ ਕੀ ਹੋ ਗਿਆ? ਚੋਰੀ ਕਰਦਾ, ਕਿਉਂ ਮਾਰ ਰਹੇ ਹੋ? ਨਾ ਮਾਰੋ, ਕੀ ਹੋ ਗਿਆ? ਚੋਰੀ ਕਰਦਾ ਸੀ ਇਹ। ਕੀ ਕਰਦਾ ਸੀ ਤੂੰ? ਕੀ ਕਰਦਾ ਸੀ? ਚੋਰੀ ਕਰਦਾ ਸੀ? ਹੈ ਬੋਲ। Thank you.
यार पहला तो कहता से चक मेरी काली टोंकी अज मेरा दिल करता अज कुछ भी नहीं सोना सानू पता तू नहीं पींदा यार तेरी जिदा दे तेनू पहला भी कितनी बार कहा दुख से लगया नसा हड्डा च पै जांदा यार बस एक बार ही लगा दे यार मुड़ के नहीं मांगता मेरा दिमाग फट दू यार ओ नहीं फटदा मैं मर जूंगा यार कदरे नहीं मरदा साल्या मैं मर जूंगा यार मैं मर जू यार एको ही छोड़ दे ओए आ चक पैगी काल जे ठंड ओ थोड़ा मरला साला मरवाएगा सानू भी ओ भाई यार कमला होया तू आ सारी जाके फड़ाता उनू समझा यार उनू समझन समझो अनाड़ी गल तो बाहर आओ हुण तां मच्छी पत्तन चट्टन नू काली है चट के ही मुड़ो जे ना मुड़ी कुछ हो गया फिर असी इनू नहीं जानदे ਇਹ ਸਾਨੂੰ ਨਹੀਂ ਜਾਣਦਾ ਦੇਖੀ ਜਿਉਂਦੇ ਰਹੋਏ ਨਜ਼ਾਰਾ ਹੀ ਆ ਗਿਆ ਨਜ਼ਾਰਾ ਨਜ਼ਾਰਾ ਹੀ ਆ ਗਿਆ ਜਿਉਂਦੇ ਰੋਏ ਨਜ਼ਾਰਾ ਹੀ ਆ ਗਿਆ ਇਹ ਉੱਡੂਆ ਤਰੀਕਾ ਜਿਉਂਦੇ ਰੋਏ ਅਮਰੀਕਾ ਜਾਜ ਪਹੁੰਚ ਗਿਆ ਅਮਰੀਕਾ ਅਮਰੀਕਾ ਲੱਗੀ ਡੰਕੀ ਇਹਦੀ ਮੈਂ ਤੇਰੇ ਸਾਰੇ ਸ਼ੌਂਕ ਪੁਗਾ ਦੇਣੇ ਦੇਖੀ ਜਦੋਂ ਅਮਰੀਕਾ ਤੋਂ ਵਾਪਸ ਆਇਆ ਨਾ ਜਹਾਜ਼ 'ਤੇ ਆਪਣੀ ਗੱਡੀ 'ਚਾਊਂਗਾ ਲੋਕਾਂ ਦੇ ਮੂੰਹ ਬੰਦ ਕਰਨੇ ਆ ਵੱਡੀ ਸਾਰੀ ਕੋਠੀ ਹੋਣੀ ਆਪਣੀ ਨਾ ਆਊਗਾ ਤੇਰੇ ਪੁੱਤ ਦਾ ਮਾਤਾ ਨਾ ਮਾਂ ਬਸ ਇੱਕ ਵਾਰੀ ਮੈਨੂੰ ਬਾਹਰੋਂ ਆ ਲੜਦੇ ਲੋਕਾਂ 'ਚ ਗੱਲਾਂ ਕਰਾ ਦੇਣੀਆਂ ਮੈਂ ਯਾਦ ਹੈ ਇੱਕ ਵਾਰੀ ਡਿਗਰੀ ਵੇਲੇ ਕੀ ਕਹਿੰਦਾ ਸੀ ਅਮਰੀਕਾ ਜਾਣਾ ਅਮਰੀਕਾ ਜਾਣਾ ਜੋ ਕਰਨਾ ਹੈ ਇੱਥੇ ਰਹਿ ਕੇ ਕਰ ਲੈ ਦੇਖੀ ਕਿਤੇ ਜਲਾਹੇ ਵਾਲੀ ਨਜ਼ਰ ਆ ਕੇ ਲਾ ਦੇ ਛੋਲੇ ਖਰੀਦਣ ਦੀ ਕਾਰ ਨਾ ਹੋਵੇ ਨਿੱਕੀ ਗੱਲਾਂ ਤੇ ਰੋਲ ਬਹਿ ਜਾਂਦੀ ਆ ਦੇਖਣ ਦੇ ਮੈਨੂੰ ਇੱਕ ਵਾਰ
ਤਾਂ ਹੋ ਗਿਆ ਹੁਣ ਕਾਲ ਜਾ ਠੰਡਾ। ਤੇਰੇ ਕਹਿਣ ਦਾ ਮਤਲਬ ਕੀ ਹੈ? ਮੈਂ ਕਹਿ ਕੀ ਸਕਦੀ ਹਾਂ, ਮੈਂ ਤਾਂ ਔਰਤ ਹਾਂ ਨਾ। ਬੰਦਾ ਉਦੋਂ ਤੱਕ ਹੀ ਖੁਸ਼ ਰਹਿੰਦਾ ਜਦੋਂ ਤੱਕ ਉਹਦਾ ਮੁਕਾਬਲਾ ਆਪਣੇ ਆਪ ਨਾਲ ਹੁੰਦਾ, ਤੇ ਦੁਖੀ ਉਦੋਂ ਹੁੰਦਾ ਜਦੋਂ ਦੂਜਿਆਂ ਦੇ ਚੁੱਲ੍ਹਿਆਂ 'ਤੇ ਆਪਣੀ ਨੀਤ ਸੁੱਟਦਾ। ਅੰਕਲ ਜੀ, ਤੁਸੀਂ ICU ਵਾਲੇ ਪੇਸ਼ੈਂਟ ਕਮਲ ਨਾਲ ਸੀ? ਹਾਂਜੀ ਪੁੱਤ, ਕੀ ਹੋਇਆ? ਅਸੀਂ ਤਾਂ ਤੇਰੇ ਕੋਲੋਂ ਐਸਾ ਕੁਝ ਵੀ ਨਹੀਂ ਮੰਗਿਆ ਜਿਹੜਾ ਬਹੁਤ ਮਹਿੰਗਾ ਹੋਵੇ ਤੇ ਤੂੰ ਸਾਨੂੰ ਲੈ ਕੇ ਨਾ ਦੇ ਸਕਦਾ ਹੋਵੇ ਇੱਥੋਂ, ਤੇ ਤੈਨੂੰ ਬਾਹਰ ਜਾਣ ਦੀ ਲੋੜ ਪੈ ਗਈ ਹੋਵੇ। ਮਾਵਾਂ ਨੂੰ ਤਾਂ ਆਪਣੇ ਪੁੱਤ ਹਰ ਹਾਲ ਚੰਗੇ ਲੱਗਦੇ, ਚੰਗੇ ਹੋਣ ਜਾਂ ਮਾੜੇ, ਕਮਾਉਂਦੇ ਹੋਣ ਜਾਂ ਵਿਹਲੇ, ਚੰਗਾ ਬੋਲਦੇ ਹੋਣ ਜਾਂ ਮੰਦਾ ਬੋਲਦੇ ਹੋਣ। ਤੂੰ ਐਸਾ ਬਾਹਰ ਜਾ ਕੇ ਕੀ ਕਰਨਾ ਸੀ ਜੋ ਇੱਥੇ ਰਹਿ ਕੇ ਨਹੀਂ ਕਰ ਸਕਦਾ ਸੀ? ਅਸੀਂ ਤੈਨੂੰ ਪੜ੍ਹਾਇਆ ਨਹੀਂ? ਅਸੀਂ ਤਾਂ ਪੜ੍ਹੇ ਲਿਖੇ ਵੀ ਨਹੀਂ ਸੀ, ਐਸਾ ਕਿਹੜਾ ਦੁੱਖ ਸੀ ਤੇਰਾ, ਹੈਂ? ਐਸਾ ਕਿਹੜਾ ਦੁੱਖ ਸੀ ਤੇਰਾ ਜਿਹੜਾ ਨਸ਼ਾ ਤੈਨੂੰ ਸਾਡੇ ਨਾਲੋਂ ਨੇੜੇ ਹੋ ਗਿਆ? ਮੇਰਾ ਪੁੱਤ ਨਹੀਂ ਹੋ ਸਕਦਾ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ। ਕਾਇਰ ਹੈ ਤੂੰ, ਕਾਇਰ ਹੈ ਤੂੰ, ਜਿਹੜਾ ਤੂੰ ਨਸ਼ਿਆਂ ਦਾ ਸਹਾਰਾ ਲਿਆ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ। ਤੈਨੂੰ ਲੋਕਾਂ ਦੀ ਬਹੁਤ ਪਰਵਾਹ ਸੀ ਨਾ, ਆ ਸਾਰੇ ਖੜੇ ਆ, ਦੇਖ ਤੂੰ ਬੋਲਦਾ ਕਿਉਂ ਨਹੀਂ, ਤੂੰ ਬੋਲਦਾ ਕਿਉਂ ਨਹੀਂ? ਤੇਰੇ ਪਿਓ ਨੇ ਤੈਨੂੰ ਮੋਢੇ ਤੇ ਚੁੱਕਿਆ ਸੀ ਨਾ, ਅੱਜ ਤੇਰਾ ਇੰਨਾ ਹੱਕ ਹੋ ਗਿਆ, ਤੂੰ ਆਪਣੀ ਲੋਤ ਆਪਣੇ ਪਿਓ ਤੋਂ ਉਠਵਾਏਗਾ। ਬੋਲ, ਕਿਹੜੇ ਦੇਸ਼ ਗਿਆ ਤੂੰ, ਕਿਹੜੇ ਦੇਸ਼ ਗਿਆ ਤੂੰ? ਕੈਨੇਡਾ ਗਿਆ? ਕੈਨੇਡਾ ਗਿਆ? ਨਹੀਂ ਨਹੀਂ ਨਹੀਂ, ਅਮਰੀਕਾ ਗਿਆ? ਨਹੀਂ ਨਹੀਂ, ਇੰਗਲੈਂਡ ਗਿਆ ਹੋਣਾ। ਬੋਲਦਾ ਕਿਉਂ ਨਹੀਂ, ਇਹ ਬੋਲਦਾ ਕਿਉਂ ਨਹੀਂ? ਤੂੰ ਮੇਰਾ ਪੁੱਤ ਨਹੀਂ ਹੋ ਸਕਦਾ, ਤੂੰ ਕਾਇਰ ਹੈ, ਤੂੰ ਨਸ਼ੇ ਦਾ ਸਹਾਰਾ ਲਿਆ, ਤੂੰ ਕਾਇਰ ਹੈ, ਤੇਰੇ ਵਰਗੇ ਪੁੱਤ ਨਾਲੋਂ ਮਾਵਾਂ ਬਾਂਝ ਚੰਗੀਆਂ, ਬਾਂਝ ਚੰਗੀਆਂ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ।